ਗੁਰੂ ਕੀ ਸੰਗਤ ਲੰਮੇ ਸਮੇਂ ਤੋਂ ਬੈਠੀ ਆ ਤੇ ਬੈਠਣ ਦੇ ਆਪਾਂ ਨਿਸ਼ਚਾ ਕਰਕੇ ਆਏ ਹਾਂ ਵੀ ਉੱਥੇ ਗੁਰਮੁਖ ਸਮਾਗਤ ਵਿੱਚ ਜਾਣਾ ਤੇ ਸਾਲ ਬਾਅਦ ਸਾਨੂੰ ਇਹ ਸਮਾਂ ਮਿਲਿਆ ਤੇ ਉੱਥੇ ਕੋਈ ਗੁਰੂ ਕੇ ਬਚਨ ਸੁਣ ਕੇ ਤੇ ਪੱਲੇ ਬੰਨ ਕੇ ਆਉਣੇ ਆ। ਗੁਰੂ ਕਿਰਪਾ ਕਰੇ, ਮੈਂ ਆਖਰੀ ਕਵਿਤਾ ਤੁਹਾਡੀ ਸੇਵਾ ਵਿੱਚ ਕਹਿਣ ਦਾ ਯਤਨ ਕਰੂੰਗਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਵੇਖਿਆ ਨਾ, ਉਹਨੇ ਆਖਿਆ ਆਪਣੇ ਅੰਤਰ ਧਿਆਨ ਹੋ ਕੇ ਵੇਖ। ਸਤਿਗੁਰੂ ਜਾਣ ਗਏ ਵੀ ਇਹ ਬਾਹਰ ਮੁਖੀ ਨਹੀਂ, ਅੰਤਰ ਮੁਖੀ ਬੰਦਾ ਅਤੇ ਭਗਤੀ ਵਾਲਾ। ਜਦੋਂ ਉਹਨੇ ਅੰਦਰੋਂ ਵੇਖਿਆ, ਅੰਤਰ ਧਿਆਨ ਵੇਖਿਆ, ਉਹਨੇ ਆਖਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ। ਉਹਨੇ ਆਖਿਆ ਹਾਂ, ਤੂੰ ਕੌਣ ਆ? ਆਂਹਦਾ ਮਹਾਰਾਜ ਪਹਿਲੋਂ ਤਾਂ ਮੈਂ ਮਾਧੋ ਦਾਸ ਬਰਾਗੀ ਸਾਂ, ਜਿਹੜੇ ਮੇਰੇ ਗੁਨਾਹ ਜੁੜੇ ਸੀ ਇਸ ਨਾਂ ਦੇ ਨਾਲ ਜੁੜੇ ਸੀ। ਮਹਾਰਾਜ ਹੁਣ ਮੈਂ ਤੁਹਾਡਾ ਬੰਦਾ ਅਤੇ ਮੈਨੂੰ ਆਪਣਾ ਬੰਦਾ ਬਣਾ ਲਓ। ਸਤਿਗੁਰੂ ਕਹਿਣ ਲੱਗੇ ਜੇ ਤੂੰ ਬੰਦਾ ਬਣਨਾ ਨਾ ਤਾਂ ਫਿਰ ਸਾਡੀ ਤੈਨੂੰ ਸ਼ਰਧੇ ਵਿੱਚੋਂ ਲੰਘਣਾ ਪਊਗਾ। ਇਹ ਗੱਲ ਸਾਡੇ 'ਤੇ ਵੀ ਢੁੱਕਦੀ ਆ ਜਿਨ੍ਹਾਂ ਨੇ ਅਜੇ ਅੰਮ੍ਰਿਤ ਛਕਿਆ। ਸਿੱਖੋ, ਮਹਾਰਾਜ ਸੱਚੇ ਪਾਤਸ਼ਾਹ ਉਸ ਬਰਾਗੀ ਨੂੰ ਉਸ ਤਰ੍ਹਾਂ ਵੀ ਨਾਲ ਲੈ ਸਕਦੇ ਸਨ, ਪਰ ਉਹਨਾਂ ਆਖਿਆ ਸਾਡੀ ਸ਼ਰਧੇ ਵਿੱਚੋਂ ਪਹਿਲੋਂ ਤੈਨੂੰ ਲੰਘਣਾ ਪਊਗਾ, ਪਹਿਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਊਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਹਨੂੰ ਮਾਧੋ ਦਾਸ ਤੋਂ ਬੰਦਾ ਸਿੰਘ ਬਣਾਇਆ। ਅਤੇ ਕਲਗੀ ਵਾਲੇ ਪਾਤਸ਼ਾਹ ਜਦੋਂ ਤੁਰਨ ਲੱਗੇ ਨਾ ਤਾਂ ਫਿਰ ਮਹਾਰਾਜ ਨੇ ਇੱਕ ਕਾਗਜ਼ ਲੈ ਕੇ, ਕਲਮ ਲੈ ਕੇ ਅਤੇ ਕੁਝ ਹੁਕਮਨਾਮੇ ਲਿਖੇ ਆ ਵੀ ਮੈਂ ਇਸ ਬੰਦੇ ਨੂੰ ਜਥੇਦਾਰ ਥਾਪ ਕੇ ਭੇਜ ਰਿਹਾ ਅਤੇ ਜਿਨ੍ਹਾਂ ਨੇ ਹੁਕਮਨਾਮੇ ਇਹ ਪੜ੍ਹ ਲਿਆ ਇਹਦੇ ਨਾਲ ਮੋਢੇ ਨਾਲ ਮੋਢਾ ਡਾ ਕੇ ਅਤੇ ਦੁਸ਼ਮਣਾਂ ਦੇ ਕੋਲੋਂ ਗਿਣ ਗਿਣ ਕੇ ਤੁਸੀਂ ਬਦਲੇ ਲੈਣੇ ਆ। ਕਲਗੀਆਂ ਵਾਲੇ ਪਾਤਸ਼ਾਹ ਜਦੋਂ ਤੁਰਨ ਲੱਗੇ ਆ ਨਾ, ਨਾਲ ਪੰਜ ਪਿਆਰੇ ਹੋਰ 20 ਸਿੰਘ ਦਿੱਤੇ ਆ ਅਤੇ ਉਹਨਾਂ ਵਿੱਚੋਂ ਇੱਕ ਨੇ ਗਲਤੀ ਕਰ ਦਿੱਤੀ। ਜਦੋਂ ਮਹਾਰਾਜ ਤੋਰਨ ਲੱਗੇ ਇਸ ਬੰਦਾ ਸਿੰਘ ਨੂੰ ਤਾਂ ਆਪਣੇ ਗਾਤਰੇ ਵਾਲੀ ਕਿਰਪਾਨ ਮਹਾਰਾਜ ਨੇ ਬੰਦੇ ਬਹਾਦਰ ਦੇ ਗਲ ਵਿੱਚ ਪਾ ਦਿੱਤੀ ਆ। ਇੱਕ ਸਿੱਖ ਛੇਤੀ ਨਾਲ ਉੱਠਿਆ ਅਤੇ ਉਹਨੇ ਕਿਰਪਾਨ ਖੋਲ੍ਹੀ ਆ। ਕਲਗੀਆਂ ਵਾਲੇ ਪਾਤਸ਼ਾਹ ਹੈਰਾਨ ਹੋਏ ਅਤੇ ਪੁੱਛਿਆ ਇਹ ਕੀ ਕੀਤਾ ਜੀ? ਕਹਿੰਦਾ ਮਹਾਰਾਜ ਸਾਨੂੰ 20-20 ਵਰ੍ਹੇ ਹੋ ਗਏ ਤੁਹਾਡੇ ਨਾਲ ਸੇਵਾ ਕਰਦਿਆਂ, ਜੋੜੇ ਝਾੜਦਿਆਂ, ਭਾਂਡੇ ਮਾਜਦਿਆਂ, ਅਤੇ ਇਹ ਜੇ ਕੱਲ੍ਹ ਸਿੰਘ ਬਣਿਆ ਅਤੇ ਇਹਨੂੰ ਆਪਣੇ ਗਾਤਰੇ ਵਾਲੀ ਕਿਰਪਾਨ ਦੇ ਵੀ ਦਿੱਤੀ ਜੇ। ਪਰ ਉਹ ਇਹ ਨਹੀਂ ਸੀ ਜਾਣਦੇ ਵੀ ਅਸੀਂ ਇਹਨਾਂ 20 ਵਰ੍ਹਿਆਂ ਦੀ ਗੱਲ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਬੰਦਾ ਸਿੰਘ ਦਾ ਕਿੰਨਾ ਪੁਰਾਣਾ ਤਲਕ ਸੀ, ਅਸੀਂ ਇਸ ਜਨਮ ਦੀਆਂ ਗੱਲਾਂ ਕਰਦੇ ਹਾਂ। ਮਹਾਰਾਜ ਨੇ ਸਰਾਫ ਨਹੀਂ ਦਿੱਤਾ ਕਿਉਂਕਿ ਦਰਬਾਰਸ਼ਾਹ ਰਖੀ ਦਾ ਦਰਬਾਰ ਨਹੀਂ। ਕਲਗੀਆਂ ਵਾਲੇ ਮੁਸਕਰਾਏ ਅਤੇ ਆਪਣੇ ਪੱਥੇ ਦੇ ਵਿੱਚੋਂ 5 ਤੀਰ ਕੱਢੇ ਅਤੇ ਆਖਿਆ ਵਿਨੋਦ ਸਿੰਘਾ, ਜੇ ਤੁਸੀਂ ਇਹ ਗਲਤੀ ਨਾ ਕਰਦੇ ਨਾ ਤਾਂ ਇਹ ਤੀਰ ਮੈਂ ਤੁਹਾਨੂੰ ਦੇਣੇ ਸੀ ਅਤੇ ਹੁਣ ਤਲਵਾਰ ਦੇ ਨਾਲੋਂ ਤੀਰਾਂ ਵਿੱਚ ਸ਼ਕਤੀ ਕਈ ਗੁਣਾ ਜ਼ਿਆਦਾ ਹੁੰਦੀ ਆ। ਮੈਂ ਹੁਣ ਇੱਕ ਦੀ ਜਗ੍ਹਾ 'ਤੇ ਇਹਨੂੰ 5 ਦੇਣ ਲੱਗਾ ਅਤੇ ਪਾਬੰਦ ਕਰਤਾ ਵੀ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੇ। ਸਤਿਗੁਰੂ ਪਾਤਸ਼ਾਹ ਜਦੋਂ ਤੋਰਨ ਲੱਗੇ ਆ ਅਤੇ ਖਰਚਾ ਕੋਈ ਨਹੀਂ ਦਿੱਤਾ, ਹੁਣ ਕਿੰਨਾ ਲੰਮਾ ਸਫ਼ਰ ਹੈ ਅਤੇ ਨਾਲ ਸਿੰਘ ਆ ਉਹਨਾਂ ਦਾ ਪ੍ਰਸ਼ਾਦਾ ਪਾਣੀ ਵੀ ਅਤੇ ਮੰਗਿਆ ਬੰਦਾ ਸਿੰਘ ਨੇ ਵੀ ਨਹੀਂ। ਜਦੋਂ ਮਹਾਰਾਜ ਤੋਰਨ ਲੱਗੇ ਆ ਅਤੇ ਰਸਤੇ 'ਚ ਆਉਂਦਿਆਂ ਜਦੋਂ ਲੰਗਰ ਮੁੱਕ ਜੇ ਖਾਲਸਿਆਂ ਦੇ ਵੀ ਲੰਗਰ ਮਸਤਾਨਾ ਹੋ ਗਿਆ, ਬੰਦਾ ਸਿੰਘ ਨੇ ਖਲੋ ਕੇ ਅਰਦਾਸ ਕੀਤੀ, ਮਹਾਰਾਜ ਖਰਚਾ ਤੇਰੇ ਕੋਲ ਮੰਗਿਆ ਨਹੀਂ ਸੀ, ਦਿੱਤਾ ਤੂੰ ਨਹੀਂ ਸੀ ਅਤੇ ਹੁਣ ਸਾਡੇ ਕੋਲ ਰਸਤੇ ਦਾ ਖਰਚਾ ਮੁੱਕ ਗਿਆ ਅਤੇ ਕੋਈ ਸਾਡਾ ਵਸੀਲਾ ਬਣਾ। ਜਦੋਂ ਉਹਨੇ ਅਰਦਾਸ ਕਰਕੇ ਜਕਾਰਾ ਲਾਇਆ ਅਤੇ ਇੱਕ ਸਿੱਖ ਜਿਹੜਾ ਬੜਾ ਵੱਡਾ ਵਪਾਰੀ ਸੀ, ਉਹਨੇ ਬਹੁਤ ਸਾਰਾ ਧਨ ਬੰਦਾ ਸਿੰਘ ਦੇ ਅੱਗੇ ਰੱਖ ਕੇ ਅਤੇ ਮੱਥਾ ਟੇਕਿਆ। ਉਹਨੇ ਆਖਿਆ ਇਹ ਕੀ? ਉਹਨੇ ਆਖਿਆ ਇਹ ਮੇਰੇ ਵਪਾਰ ਦਾ ਦਸਵੰਧ ਹੈ ਅਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਉਸ ਗੱਲ ਦਾ ਪਾਬੰਦ ਹਾਂ ਕਿ ਦਾਨ ਦਿਓ ਇਨਹੀ ਕੋ ਭਲੋ ਅਤੇ ਤੁਹਾਡੇ ਤੋਂ ਚੰਗੇ ਮੈਨੂੰ ਸਿੰਘ ਹੋਰ ਕਿੱਥੋਂ ਮਿਲਣੇ ਸੀ, ਇਸ ਕਰਕੇ ਮੇਰੇ ਵਪਾਰ ਦਾ ਦਸਵੰਧ ਹੈ, ਇਹਨੂੰ ਕਬੂਲ ਕਰੋ। ਬੰਦਾ ਸਿੰਘ ਦਾ ਭਰੋਸਾ ਕਲਗੀਆਂ ਵਾਲੇ ਪਾਤਸ਼ਾਹ 'ਤੇ ਹੋਰ ਵੱਜ ਗਿਆ ਵੀ ਮਹਾਰਾਜ ਸਾਡੇ ਅੰਗ ਸੰਗ ਆ, ਇਸ ਲੰਬੀਆਂ ਮੰਜ਼ਲਾਂ ਦਾ ਦਮ ਤੋੜਦਾ ਆ। ਬੰਦਾ ਸਿੰਘ ਬਹਾਦਰ ਮਾਲਵੇ ਦੀ ਧਰਤੀ ਜਿਹਨੂੰ ਬਰਾੜਾਂ ਦਾ ਇਲਾਕਾ ਨੇ ਆ, ਇੱਥੇ ਖੰਡੇ ਵਿੱਚ ਪਿੰਡ ਵਿੱਚ ਉਤਾਰਾ ਕੀਤਾ ਜਿੱਥੋਂ ਦਾ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਸੀ। ਇੱਥੋਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮੇ ਜਿਹੜੇ ਲਿਖੇ ਸੀ ਉਹ ਭੇਜੇ, ਪਿੰਡਾਂ 'ਚ ਵੰਡੇ ਨਾ, ਅਤੇ ਉਹ ਸਿੱਖ ਜਿਹੜੇ ਬੜੇ ਚਿਰਾਂ ਤੋਂ ਡੀਕਦੇ ਸੀ ਵੀ ਇਹੋ ਜਿਹਾ ਜਥੇਦਾਰ ਆਵੇ ਜਿਹੜਾ ਸਾਨੂੰ ਸਰਹੰਦ ਦੀਆਂ ਕੰਧਾਂ ਨਾਲ ਟਕਰਾ ਕੇ ਰੱਖ ਦੇਵੇ, ਚਾਹ ਚੜ੍ਹ ਕੇ ਸੂਰਮਿਆਂ ਨੂੰ ਆਂਦੇ ਸਾਰਾ
ਜਥੇ ਬੰਦੀਆਂ ਇਕੱਠੀਆਂ ਹੋਈਆਂ ਬੰਦਾ ਸਿੰਘ ਦੇ ਨਾਲ, ਜਦੋਂ ਹੁਕਮ ਦਿੱਤਾ ਉਹਨਾਂ ਆਖਿਆ ਪਹਿਲੋ ਸਰਹੰਦ ਦੀਆਂ ਬਾਹਾਂ ਭੰਨੋ, ਪਹਿਲਾਂ ਸਮਾਣੇ ਨੂੰ ਮਾਰੋ। ਅਤੇ ਸਮਾਣੇ 10,000 ਬੰਦਾ ਕਤਲ ਕੀਤਾ। ਇੱਥੋਂ ਦੇ ਰਹਿਣ ਵਾਲਾ ਉਹ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਸੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇੱਥੋਂ ਦੇ ਰਹਿਣ ਵਾਲਾ ਜਲਾਲੋਦੀਨ ਸੀ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ 'ਤੇ ਤਲਵਾਰ ਚਲਾਈ ਸੀ। ਪਹਿਲੋਂ ਇਸ ਸਮਾਣੇ ਨੂੰ ਢਾਇਆ, ਫਿਰ ਕਪੂਰੀ, ਫਿਰ ਮੁਸਤਬਾਬਾਦ, ਫਿਰ ਪਾਣੀਪਤ। ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਗਿਣ ਗਿਣ ਕੇ ਬਦਲੇ ਦੁਸ਼ਮਣਾਂ ਦੇ ਕੋਲੋਂ ਲੈ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਕਵਿਤਾ ਵਿੱਚ ਹੇ ਇਉਂ ਬਿਆਨ ਕਰ ਰਹੀ ਹੈ। ਵਾਹ ਕਲਗੀਧਰ ਦੀਆਂ ਦੂਲੀਆਂ ਜਗ ਤੁੰਮਾਂ ਦਿੱਤੀਆਂ ਪਾ, ਵਾਹ ਕਲਗੀਧਰ ਦੀਆਂ ਦੂਲੀਆਂ ਜਗ ਤੁੰਮਾਂ ਦਿੱਤੀਆਂ ਪਾ, ਕਈ ਕਾਮੀ ਪਾਪੀ ਸੁਣ ਕੇ ਸਭ ਦਿੱਤੇ ਫਲ ਭੁਗਤਾ, ਦੇ ਕਾਤਲ ਵਜ਼ੀਰ ਖਾਂ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਹਾਥੀ ਤੋਂ ਤੀਰ ਮਾਰ ਕੇ ਥੱਲੇ ਸੁੱਟ ਕੇ ਵਹਿੜਕਿਆਂ ਦੇ ਮਗਰ ਬੰਨ ਕੇ ਧੂ ਕੇ ਇਸੇ ਸਰਹੰਦ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਇੱਥੇ ਅੱਗ ਲਾ ਕੇ ਪਾਪੀ ਨੂੰ ਸਾੜਿਆ। ਉਸ ਸੁੱਚਾਨੰਦ ਦੇ ਨੱਕ ਵਿੱਚ ਨਕੇਲ ਪਾ ਕੇ ਸਰਹੰਦ ਦੀਆਂ ਕੰਧਾਂ ਨਾਲ ਟਕਰਾ ਟਕਰਾ ਕੇ ਮਾਰਿਆ। ਸਿੱਖੋ ਕਿਸ ਤਰ੍ਹਾਂ ਚੁਣ ਚੁਣ ਕੇ ਬਦਲੇ ਲੈ, ਔਰ ਉਸ ਪਾਪੀ ਦਾ ਕਿਲ੍ਹਾ ਢਾ ਕੇ ਉੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਉਸਾਰੀ ਕੀਤੀ। ਸਿੱਖ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਚਲਾਏ,
ਉਹਨਾਂ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਦਾ ਸਦਕਾ ਅਸੀਂ ਸਿੱਖ ਰਾਜ ਭਾਗ ਦੇ ਮਾਲਕ ਬਣੇ। ਉਹਨਾਂ ਦੀਆਂ ਕਰਨੀਆਂ ਕੁਰਬਾਨੀਆਂ ਮਨਾਂ ਤੋਂ ਕਦੋਂ ਨਾ ਵਿਸਾਰੀਏ। ਇੱਕ ਕਵਿਤਾ ਮੇਰੇ ਵੀਰ ਕਮਲਜੀਤ ਸਿੰਘ ਜੀ ਨੇ ਕਹਿਣੀ, ਜਿਨ੍ਹਾਂ ਨੇ ਪਿਆਰ ਭਰਿਆ ਸੱਦਾ ਭੇਜ ਕੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਆ, ਔਰ ਐਡਾ ਵਧੀਆ ਪ੍ਰਬੰਧ। ਕੱਲ੍ਹ ਅਸੀਂ ਗੋਂਦਵਾਲ ਸਾਹਿਬ ਤੋਂ ਆ ਰਹੇ ਸਾਂ ਅਤੇ ਜਿਸ ਤਰ੍ਹਾਂ ਨਵੇਂ ਟਰੈਕਟਰ ਵਾਲੇ ਸੋਨਾਲੀਕਾ ਵਾਲੇ ਮਸ਼ਹੂਰੀ ਦਿੰਦੇ ਆ ਨਾ, ਇਹਨਾਂ ਇੱਕ ਟੈਂਪੂ ਦੇ ਉੱਤੇ ਉਹ ਸਾਰੇ ਪੋਸਟਰ ਲਾ ਕੇ ਅਤੇ ਪਿੰਡਾਂ ਪਿੰਡਾਂ ਕਿੱਡੀ ਦੂਰ ਤੱਕ ਇਹ ਪ੍ਰਚਾਰ ਕੀਤਾ। ਸੰਗਤਾਂ ਇਵੇਂ ਨਹੀਂ ਏਡੀ ਦੂਰ ਤੋਂ ਆਈਆਂ, ਗੁਰੂ ਕਿਰਪਾ ਕਰੇ ਇਹਨਾਂ ਦੇ ਪ੍ਰਚਾਰ ਦਾ ਸਦਕਾ ਇੱਥੇ ਸੰਗਤਾਂ ਬੜੀ ਦੂਰ ਦੁਰਾਡੇ ਤੋਂ ਆਈਆਂ। ਤੋ ਕਵਿਤਾ ਮੈਂ ਤੁਹਾਡੇ ਸਾਹਮਣੇ, ਕਵਿਤਾ ਲੈਕਚਰ ਆਪਣਾ ਆਪ ਕਰੇਗੀ। ਕਵਿਤਾ ਦਾ ਸਿਰਲੇਖ ਹੈ ਕਿ ਚੰਗੀਆਂ ਚੀਜ਼ਾਂ ਆਪਣੇ ਮਨ 'ਚ ਸਾ ਲੈਣੀਆਂ ਅਤੇ ਭੈੜੀਆਂ ਨੂੰ ਥੱਲੇ ਛੱਡ ਦੇਣਾ। ਅਸੀਂ 300 ਸਾਲਾਂ ਵੀ ਮਨਾਇਆ ਅਤੇ 400 ਸਾਲਾਂ ਵੀ ਮਨਾਇਆ, 300 ਸਾਲਾਂ ਹੁਣ ਦੋਹਰੀ ਵਾਰ ਫਿਰ ਮਨਾਇਆ, ਅਤੇ ਜੇ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਨਾ ਆਈ ਅਤੇ ਤੇਲੀ ਦੇ ਬਲਦਾਂ 'ਤੇ ਸਾਡਾ ਕੋਈ ਬਹੁਤਾ ਫਰਕ ਨਹੀਂ। ਆਂਦੇ ਚਾਰ ਸ਼ਰਾਬੀ ਇਕੱਠੇ ਹੋ ਗਏ, ਆਂਦੇ ਵੀ ਚਲੋ ਹਰਿਦੁਆਰ ਚਲੀਏ। ਹਰਿਦੁਆਰ ਚਲੇ ਗਏ, ਇੱਕ ਨੇ ਆਖਿਆ ਵੀ ਕਿਸ਼ਤੀ 'ਤੇ ਊਟਾ ਲਈਏ, ਦੂਜੇ ਨੇ ਆਖਿਆ ਕਾਸ਼ੀ ਤੱਕ ਸੈਰ ਕਰਕੇ ਆਈਏ, ਤੀਜੇ ਨੇ ਆਖਿਆ ਉਹ ਮਲਾਹ 'ਤੇ ਸਾਰੇ ਘਰ ਤੁਰ ਗਿਆ ਅਤੇ ਕਿਸ਼ਤੀ ਚਲਾਊਗਾ ਕਿਹੜਾ, ਇੱਕ ਨੇ ਥੋੜ੍ਹੀ ਜਿਹੀ ਵੱਧ ਪੀਤੀ ਸੀ, ਆਂਦਾ ਤੁਸੀਂ ਵਿੱਚ ਬਹੁ ਮੈਂ ਚੱਪੂ ਬੜੇ ਵਧੀਆ ਮਾਰਨ ਜਾਣਦਾ। ਚਾਰੇ ਸ਼ਰਾਬੀ ਵਿੱਚ ਬਹਿ ਗਏ, ਜਿਉਂ ਚੱਪੂ ਮਾਰਨ ਲੱਗੇ ਸਾਰੀ ਰਾਤ ਚੱਪੂ ਮਾਰਦੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਨਸ਼ਾ ਟੁੱਟਣ ਲੱਗਾ, ਇੱਕ ਨੇ ਆਖਿਆ ਉਹ ਕਿਸੇ ਨੂੰ ਪੁੱਛੀਏ ਸੀ ਰਾਤ ਦੇ ਤੁਰੇ ਹਾਂ ਕਿੱਥੇ ਕਾ ਗਏ ਹਾਂ। ਕੋਈ ਸ਼ਰਧਾਲੂ ਇਸ਼ਨਾਨ ਕਰਨ ਆਇਆ, ਉਹਨੂੰ ਪੁੱਛਿਆ ਵੀ ਇਹ ਪੱਤਣ ਕਿਹੜਾ, ਉਹਨੇ ਆਖਿਆ ਜੀ ਹਰਿਦੁਆਰ। ਆਂਦਾ ਮੂਰਖਾ ਸੀ ਤੇ ਰਾਤ ਦੇ ਚੱਲੇ, ਤੇ ਜੇ ਹਰਿਦੁਆਰ ਹੀ ਆ ਕਿਸੇ ਹੋਰ ਨੂੰ ਪੁੱਛਦੇ ਹਾਂ। ਹੋਰ ਕੋਈ ਸ਼ਰਧਾਲੂ ਇਸ਼ਨਾਨ ਕਰਨ ਆਇਆ, ਉਹਨੂੰ ਪੁੱਛਿਆ ਵੀ ਇਹ ਪੱਤਣ ਕਿਹੜਾ, ਉਹਨੇ ਵੀ ਆਖਿਆ ਵੀ ਇਹ ਹਰਿਦੁਆਰ ਆ, ਉਹਨੇ ਆਖਿਆ ਸੀ ਤੇ ਰਾਤ ਦੇ ਚੱਲੇ ਸਾਂ। ਆਂਦਾ ਉਹ ਮੂਰਖੋ, ਰਾਤ ਦੇ ਤੇ ਤੁਸੀਂ ਚੱਲੇ ਜੇ, ਪਰ ਮਲਾਹ ਬੇੜੇ ਨੂੰ ਜਿਹੜਿਆ ਸੰਗਲਾਂ ਨਾਲ ਬੰਨ ਗਿਆ ਸੀ, ਉਹ ਸੰਗਲ ਤੇ ਤੁਸੀਂ ਖੋਲੇ ਨਹੀਂ ਤੇ ਜਾਣਾ ਕਿੱਥੇ ਸੀ। ਉਹ ਹਾਲ ਸਾਡਾ, ਅਸੀਂ ਸ਼ਤਾਬਦੀਆਂ ਬੜੀਆਂ ਮਨਾਉਂਦੇ ਹਾਂ, ਅਸੀਂ ਲੰਗਰ ਬੜੇ ਲਾਉਂਦੇ ਹਾਂ, ਕੋਤਰੀਆਂ ਬੜੀਆਂ ਚਲਾਉਂਦੇ ਹਾਂ, ਸਮਾਗਮ ਬੜੇ ਕਰਾਉਂਦੇ ਹਾਂ, ਇਹ ਸਭ ਕੁਝ ਹੋਣਾ ਚਾਹੀਦਾ, ਪਰ ਸਾਡੇ ਮਨ ਵਿੱਚ ਕੋਈ ਤਬਦੀਲੀ ਵੀ ਤਾਂ ਆਵੇ ਨਾ। ਐਡਾ ਵੱਡਾ ਪ੍ਰਬੰਧ ਕੀਤਾ, ਜੇ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਫਿਰ ਤੇਲੀ ਦੇ ਬਲਦਾਂ 'ਤੇ ਸਾਡਾ ਕੋਈ ਬਹੁਤਾ ਫਰਕ ਨਹੀਂ। ਕਵਿਤਾ ਤੁਹਾਡੇ ਸਾਹਮਣੇ ਜੋੜੀ ਕਹਿ ਰਹੀ ਹੈ, ਚੰਗੀਆਂ ਗੱਲਾਂ ਮਨ 'ਚ ਵਸਾ ਲਿਓ, ਭੈੜੀਆਂ ਨੂੰ ਇੱਥੇ ਛੱਡ ਦਿਓ। ਸਕੇ ਭਰਾਵਾਂ ਦੀ ਜੋੜੀ ਤੁਹਾਡੇ ਸਾਹਮਣੇ ਇਉਂ ਬੇਨਤੀ ਕਰੀਏ। ਮੂਰਖਾਂ ਦੇ ਹਾਸੇ ਨਾਲੋਂ ਦਾਨੀਆਂ ਦੀ ਕੂਰ ਚੰਗੀ, ਇਸਤਰੀ ਕਲੇਣੀ ਨਾਲੋਂ ਛੜੇ ਰਹਿਣਾ ਚੰਗਾ ਏ। ਮੂਰਖਾਂ ਦੀ ਜੰਜ ਨਾਲੋਂ ਦਾਨੇ ਦੀ ਮਕਾਨ ਚੰਗੀ, ਤੇ ਫਿਟਕਾਂ ਦੀ ਰੋਟੀ ਨਾਲੋਂ ਭੁੱਖੇ ਰਹਿਣਾ ਚੰਗਾ ਏ। ਮੂਰਖਾਂ ਦੇ ਰਾਜ ਨਾਲੋਂ ਦਾਨੇ ਨਾਲ ਭੀਖ ਚੰਗੀ, ਤੇ ਨਿੱਤ ਦੇ ਕਲੇਸ਼ ਤੋਂ ਵਿਛੋੜਾ ਸਹਿਣਾ ਚੰਗਾ। ਮੂਰਖ ਪੁੱਤਰ ਨਾਲੋਂ ਅੰਨੀ ਤੀ ਸਿਆਣੀ ਚੰਗੀ, ਤੇ ਝੂਠ ਗੁੜ ਨਾਲੋਂ ਸੱਚ ਕੌੜਾ ਕਹਿਣਾ ਚੰਗਾ। ਜੇਕਰ ਮੋਹਣੀ ਰਾਮ ਦਾ ਨਾਮ ਲੈਣਾ, ਤੜਕੇ ਉੱਠ ਕੇ ਨਹਾਉਣ ਦਾ ਕੀ ਫਾਇਦਾ, ਜੇਕਰ ਛੱਡਣੀਆਂ ਪੈੜੀਆਂ ਆਦਤਾਂ ਨਹੀਂ, ਗੁਰਦੁਆਰੇ ਵਿੱਚ ਆਉਣ ਦਾ ਕੀ ਫਾਇਦਾ। ਸੁਗੰਧ ਵਿੱਚੋਂ ਤੇ ਫਿਰ ਮਾਇਆ ਕਮਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਇਹਨੂੰ ਬਣਾਉਣ ਦਾ ਕੀ ਫਾਇਦਾ। ਕਾਲੀ ਯਾਰ ਦੇ ਨੂੰ ਘਰ ਜੇ ਸਮਝਣਾ ਨਹੀਂ, ਫਿਰ ਪੱਗ ਵਟਾਉਣ ਦਾ ਕੀ ਫਾਇਦਾ। ਕੰਮ ਕਰਨ ਤੋਂ ਪਹਿਲਾਂ ਜੇ ਸੋਚਿਆ ਨਾ, ਫਿਰ ਪਿੱਛੋਂ ਪਛਤਾਉਣ ਦਾ ਕੀ ਫਾਇਦਾ। ਸਾਲ ਪੂਰਾ ਸੱਜਣਾ ਨਾ ਥੋੜੀ ਗੱਲਾਂ ਗਵਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਇਹਨੂੰ ਬਣਾਉਣ ਦਾ ਕੀ ਫਾਇਦਾ। ਜਿਹੜਾ ਪਿੰਡ ਦਾ ਪਲਾਣੀ ਸੋਚ ਸਕਦਾ,
ਮੰਦਰ ਮਸੀਦ ਤਾਈ ਬਣਦੇ ਹੋਏ ਨੂੰ ਢਾਉਣ ਦਾ ਕੀ ਫਾਇਦਾ ਬੰਦਾ ਪਈ ਤੋਂ ਛੱਡ ਜੇ ਸਾਥ ਜਿਹੜਾ ਉਹਦੇ ਨਾਲ ਵਰਤਨ ਵਰਤਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਬੁਲਾਉਣ ਦਾ ਕੀ ਫਾਇਦਾ ਭਲਾ ਹੋਵੇ ਜਿਸ ਵਿੱਚ ਸਾਰੇ ਨਗਰ ਦਾ ਹੀ ਐਵੇਂ ਲੱਤਾਂ ਉਡਾਉਣ ਦਾ ਕੀ ਫਾਇਦਾ ਮੂਰਖ ਕਹਿਣਗੇ ਸਾਨੂੰ ਸੁਣਾਉਣ ਦਾ ਸਹੀ ਉੱਥੇ ਮਗਜ ਖਪਾਉਣ ਦਾ ਕੀ ਫਾਇਦਾ ਮਾਂ ਪਿਓ ਮਰ ਗਏ ਭੁੱਖੇ ਤੇ ਜੂੰਦੇ ਪਿੱਛੋਂ ਲੱਡੂ ਪਕਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਬੁਲਾਉਣ ਦਾ ਕੀ ਫਾਇਦਾ ਇੱਜ਼ਤ ਨਾਲੋਂ ਨਾ ਹੋਰ ਕੋਈ ਚੀਜ਼ ਵੱਡੀ ਉਹਨੂੰ ਦਾਗ ਲਗਾਉਣ ਦਾ ਕੀ ਫਾਇਦਾ ਸਾਨੂੰ ਸਿੱਖਾਂ ਨੂੰ ਗੁਰੂ ਗ੍ਰੰਥ ਤੋਂ ਬਿਨਾਂ ਹੋਰ ਤਾਂ ਸੀਸ ਜਗਾਉਣ ਦਾ ਕੀ ਫਾਇਦਾ ਜੇਕਰ ਸੁਣਨਾ ਪਰਿਵਾਰ ਨੇ ਬੈਠ ਕੇ ਨਹੀਂ ਕੰਡ ਪਾਠ ਕਰਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਬੁਲਾਉਣ ਦਾ ਕੀ ਫਾਇਦਾ ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਨਹੀਂ ਜੋਤਾਂ ਕੋਮਲ ਖਾਉਣ ਦਾ ਕੀ ਫਾਇਦਾ ਐਵੇਂ ਭੜਕੇ ਨੀ ਜੱਜ ਦੀ ਗੱਲ ਕਰਨੀ ਤੇਰੇ ਪੜਨ ਪੜਾਉਣ ਦਾ ਕੀ ਫਾਇਦਾ ਬੰਦਾ ਹੋ ਕੇ ਬੰਦਗੀ ਨਾ ਕੀਤੀ ਨਾ ਫਿਰ ਬੰਦਾ ਅਖਵਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਬੁਲਾਉਣ ਦਾ ਕੀ ਫਾਇਦਾ ਕਿਸੇ ਦੇ ਮਹਿਲ ਸੋਹਣੇ ਕੁੱਲੀ ਆਪਣੀ ਢਾਉਣ ਦਾ ਕੀ ਫਾਇਦਾ ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲਈ ਕਿਆ ਸਿੱਖਾਂ ਦੇ ਘਰਾਂ ਵਿੱਚ ਜਨਮ ਲਈ ਕੇ ਦਾੜੀ ਕੇਸ ਕਟਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਤੇ ਦਾੜੀ ਕੇਸ ਕਟਾਉਣ ਦਾ ਕੀ ਫਾਇਦਾ ਫਾਇਦੇ ਵਾਲੀਆਂ ਗੱਲਾਂ ਮਨ 'ਚ ਵਸਾਓ ਕੇਸ ਗੁਰੂ ਕੀ ਮੋਹਰ ਹੈ ਤੇ ਸੁਪਰੀਮ ਕੋਰਟ ਕਲਗੀਆਂ ਵਾਲੇ ਪਾਤਸ਼ਾਹ ਦਾ ਫੈਸਲਾ ਹੈ ਸਤਿਗੁਰੂ ਕਿਰਪਾ ਕਰੇ ਉਹ ਆਓ ਹੁਣ ਸੰਗਤ ਵੀ ਤਰੀਕ ਵੀ ਬਦਲ ਗਈ ਆ ਭਾਈ ਸਾਹਿਬ ਜੀ ਤੋ ਗੁਰੂ ਕਿਰਪਾ ਕਰੇ ਵੈਸੇ ਇਹਨਾਂ ਅੱਧਿਆਂ ਕੁ ਸੌਂ ਲਿਆ ਸੀ ਹਾਂਜੀ ਆਂਦੇ ਜੀ ਸੰਤ ਬਾਬਾ ਜਰਨੈਲ ਸਿੰਘ ਦੀ ਕਵਿਤਾ ਲਾਓ ਭਾਈ ਜਰਨੈਲ ਸਿੰਘ ਜੀ ਤੇ ਪਚੰਗੀ ਵੀ ਬੈਠੇ ਆ ਸਤਿਗੁਰੂ ਕਿਰਪਾ ਕਰੇ ਉਹਨਾਂ ਦੀ ਕਵਿਤਾ ਅਸਰ ਲਾਉਣਾ ਹੁੰਦਾ ਤੋ ਤੋ ਆਓ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਗੁਰੂ ਕਿਰਪਾ ਕਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਲੋਕ ਹਾਂਜੀ ਜਿਹੜੀ ਕਹੋ ਅਸੀਂ ਲਾ ਦਿਆਂਗੇ ਤਿਆਰ ਪਰ ਤਿਆਰ ਖਾਲਸਾ ਤੋ ਗੁਰੂ ਕਿਰਪਾ ਕਰੇ ਆਓ ਤੋ ਕਵਿਤਾ ਤੁਹਾਡੇ ਸਾਹਮਣੇ ਮੈਨੂੰ ਆਂਦੇ ਵੀ ਖਾਲਸੇ ਦੀ ਲਾਓ ਵੀ ਜਿਹੜਾ ਖਾਲਸੇ ਦਾ ਇਤਿਹਾਸ ਪੁਰਾਤਨ ਕਿਸ ਤਰ੍ਹਾਂ ਜਿਹੜੇ ਖਾਲਸੇ ਵੈਰ ਲੈਂਦੇ ਰਹੇ ਆ ਜਿਹੜਾ 21 ਦੇ ਕਿਸ ਤਰ੍ਹਾਂ 51 ਕਰਕੇ ਮੋੜਦੇ ਰਹੇ ਆ ਉਹ ਤੁਹਾਡੇ ਸਾਹਮਣੇ ਕਵਿਤਾ ਅਸੀਂ ਪੇਸ਼ ਕਰਨ ਲੱਗੇ ਹਾਂ ਮੇਰੇ ਵੀਰ ਭਾਈ ਜਰਨੈਲ ਸਿੰਘ ਜੀ ਜਿਹਨਾਂ ਮਹਾਨ ਸਿੱਖੀ ਦੀ ਸੇਵਾ ਕੀਤੀ ਆ ਔਰ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਵੀ ਕਥਾ ਕੀਤੀ ਆ ਉਹਨਾਂ ਦੇ ਭਚੰਗੀ ਵੀ ਆਏ ਜੀ ਆਇਆਂ ਆਖਿਆ ਜਾਂਦਾ ਸਤਿਗੁਰੂ ਕਿਰਪਾ ਕਰੇ ਕਵਿਤਾ ਤੁਹਾਡੇ ਸਾਹਮਣੇ ਪ੍ਰਚਾਰ ਆਪ ਕਰੇਗੀ ਖਾਲਸੇ ਦਾ ਕੀ ਇਤਿਹਾਸ ਹੈ ਸਿੰਘਾਂ ਨਾਲ ਵੈਰ ਨਾ ਕਮਾਈ ਵੀਰਿਆ ਇਹ ਖਾਲਸਿਆਂ ਜਿਹੜਾ ਵੈਰ ਕਮਾਏਗਾ ਇਹ ਕਲਗੀਆਂ ਵਾਲੇ ਦਾ ਖਾਲਸਾ ਹੈ ਸਿੱਖੋ ਇਹਨੂੰ ਬੜੀਆਂ ਬੜੀਆਂ ਸਰਕਾਰਾਂ ਜਿਹੜਾ ਵੀ ਦਿੱਲੀ ਦੇ ਤਖ਼ਤ ਉੱਤੇ ਬਹਿੰਦਾ ਰਿਹਾ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ
पर यह खालसा जिहड़ा गुरु गोबिंद सिंह महाराज जी ने साजिया ना, जिस तरह जिन्ना भी खिदो नूं वट के जमीन ते मारो ओना ही वो तां नूं उभरदा। तो आओ तुहाडे सामने कविता तो कविता मैं तुहाडे सामने बयान करन लगा पचंगियां दे भी। ये कविता जिहड़ी आपां जो आपां समागम रचिया ये गुरु की मर्यादा किस तरह पालनी है इहनूं समर्पित है। पहली तो बेनती भी खंडे बाटे का अमर छको, जिन्होंने नहीं अमर छकिया तो जिन्ना छकिया वह गुरु महाराज की रहत मर्यादा अनुसार अपना जीवन ढालो। प्रथम रहत जय जान खंडे की पौल छकै, पहली रहत ही सिंह की है कि वह खंडे बाटे का अमर छको। सतगुर बाजो गुरनी कोई नगुरे का है नौ बुरा, अमृत पीवो सदा चिर जीव हो। तो पातशाह के बचन आते हैं ना, मीणा और मसंदिया मोना कुड़ी जो मार, होए सिख वर्तन करे अंत करेगा खुआर, जो सिख गल में तागा मेले चौंपड़ सिख सिर टोपी तरे, सात जन्म कुश्ती होए मरे, सिख दा बच्चा होके सिर ते टोपी पावेगा वो सात जन्म कोड़ी होके मरेगा। आओ तुहाडे सामने मैं कविता पेश कर लगा दशमेश पिता दिया शेरा, ओ तू केड़े रस्ते पै गयो, तेनू महाराज ने मार केड़ा विखाया सी पर तू तुर किधरों प्यो। आओ कविता तुहाडे सामने जोड़ी इउं बयान कर रही है जी। दशमेश पिता दे अशेरा, दशमेश पिता दे अशेरा, तू केड़े रस्ते पै गया। दशमेश पिता दे अशेरा, जिस हुक्म अकाल दमन के फिर खालसा पंथ सजाया, ग्रंथ पिता दे चरनी जिस पुत लाडला लाया, गुरु ग्रंथ पिता दे चरनी जिस पुत लाडला लाया। सलले मिल समुन्न समोना, सलले मिल समुन्न समोना, फुल के नालिया विच रह दशमेश पिता दे अशेरा, तू केड़े रस्ते पै गया। दशमेश पिता दे अशेरा, अखीरां दे डोले पर के कबरां दे फिरे चढ़ोंदा, खीरां दे डोले पर के कबरां दे फिरे चढ़ोंदा। अब गुरु ग्रंथ प्यारा, षट गुरु सौदा, छड गुरु ग्रंथ प्यारा पत्थरा दे नक तसौदा, कहणगे गोबिंद प्यारे की कहणगे गोबिंद प्यारे, डर तेरे दिल तो लै गया। दशमेश पिता दे अशेरा, तू केड़े रस्ते पै गया। दशमेश पिता दे अशेरा, चरखड़िया ते चढ़ गया, तेरे बड़े नत्र मोटोले हस चरखड़िया ते चढ़ गया। पर उतरा के अपने आंखों पर उतरा के अपने नावे चित्ते आस दे भर गया, पर उतरा के अपने नावे चित्ते आस दे भर गया। मन गाड़ी रा छड़ के क्यों पगडंडिया ते लै गया। दशमेश पिता दे अशेरा, तू केड़ा रस्ते पै गया। दशमेश पिता दे अशेरा, ओ इस धरती ते चन वीरा, इस धरती ते चन वीरा तेनू बख्शी रब सरदारी, इस धरती ते चन वीरा तेनू बख्शी रब सरदारी, बाकी जो जोर चुरासी सब तेरी है पनहारी, बाकी जो जोर चुरासी सब तेरी
ਛੱਡ ਕੇ ਕਿਉਂ ਮੰਨ ਕਰੀ ਰੀਖੈ ਗਾ ਦਸ਼ਮੇਸ਼ ਪਿਤਾ ਦੇ ਸ਼ੇਰਾ ਤੂੰ ਕੈਸ ਦੇ ਪੈ ਗਿਆ ਦਸ਼ਮੇਸ਼ ਪਿਤਾ ਦੇ ਸ਼ੇਰਾ ਆਓ ਇਤਨੀ ਸੇਵਾ ਪ੍ਰਵਾਨ ਕਰਨੀ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੀਆਂ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਮਾਣ ਸਨਮਾਨ ਕੀਤਾ ਸਾਰੀਆਂ ਸੰਗਤਾਂ ਭੁੱਲ ਚੁੱਕ ਦੀ ਮਾਫ਼ੀ ਸਾਰੀਆਂ ਸੰਗਤਾਂ ਪਿਆਰ ਸਹਿਤ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੇ ਸੋ ਨਿਹਾਲ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਰਾਮਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈ ਆ ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾ ਬਣਿਆਈ ਆ ਸਭ ਤੋਂ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੁਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ
ਸੱਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਘਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਟ ਹੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤ ਸਭ ਤਰਹ ਪਿਆਰੂ, ਸੱਚਾ ਨਾਮ ਮੇਰਾ ਆਧਾਰ। ਵਾਚੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰੇ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹੇ ਨਾਨਕ ਤੈ ਸੁਖ ਹੁਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਪਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਤੁਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ ਚੰਗੀਆਂ ਬੁਰਿਆਈਆ। ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਚਲੇ, ਕੀਤੀ ਛੁੱਟੀ ਨਾਲ। ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਚਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਹਰਿਕ ਤੇਰੇ ਤੁਮਰੀ ਕਿਰਪਾ, ਮੈਂ ਸੂਖ ਕਨੇਰੇ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਣੀ, ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਤਾਕੋ ਬਿਘਨ ਨਾ ਕਉ ਲਾਗੇ ਜਾਕੀ ਪ੍ਰਭਾਗੇ। ਅਰਦਾਸ ਅਰਦਾਸ ਕਿਉਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆਵੇ ਧਾਇ ਸਭ ਥਾਈ ਹੁਣਾ ਜੀ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੁਣਾ ਜੀ ਸਹਾਇ ਦਸੋਂ ਪਾਤਸ਼ਾਹ ਕੇ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਵਿੱਤਰ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਪਿਆਰਿਆਂ ਸਟਿਆਰਿਆਂ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕਿਸਤਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਧ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀਆਂ ਦਤਾਰ ਪਿਤਾ ਜੀਓ ਆਪ ਜੀ ਦੇ ਇਸ 'ਤੇ ਪਾਤਸ਼ਾਹ ਜੀ ਸਾਜਿਆ ਨਵਾਜਿਆ ਨਗਰ ਡੜਵਿੰਡੀ ਅਤੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਦਤਾਰ ਪਿਤਾ ਜੀਓ ਸ੍ਰੀ ਗੁਰੂ ਨਾਨਕ ਕੀਰਤਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ 6ਵਾਂ ਸਾਲਾਨਾ ਸਮਾਗਮ ਆਰੰਭ ਕੀਤਾ ਸੀ ਆਪ ਜੀ ਦੀ ਅਪਾਰ ਕਿਰਪਾ ਦੁਆਰਾ ਦਤਾਰ ਪਿਤਾ ਜੀ ਇਸ ਸਮਾਗਮ ਦੀ ਸਮਾਪਤੀ ਹੋਈ ਹੈ ਆਪ ਜੀ ਦੇ ਸੇਵਕਾਂ ਵੱਲੋਂ ਅਰਦਾਸ ਬੇਨਤੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀਓ ਆਪ ਦੇ ਸੇਵਕਾਂ ਦੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣੇ ਇਸ ਤਰ੍ਹਾਂ ਆਪ ਜੀ ਦੇ ਸਮਾਗਮ ਸੱਚੇ ਪਾਤਸ਼ਾਹ ਜੀਓ ਕਰਦੇ ਰਹਿਣ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ
ਆਪ ਜੀ ਦਰ ਪ੍ਰਵਾਨ ਕਰੋ। ਦਰ ਪ੍ਰਵਾਨ ਹੋਇਆ ਪ੍ਰਸਾਦ, ਤੇਰੀ ਸਾਧ ਸੰਤ ਕੋ ਵਰਤੇ, ਜੋ ਸਕੇ ਸਵਾ ਸਵਾ ਤੇਰਾ ਨਾਮ ਜਪੇ। ਦਤਾਰ ਪਿਤਾ ਜੀ ਆਪਦੇ ਹਜ਼ੂਰ ਆਈਆਂ ਸੰਗਤਾਂ ਵੱਲੋਂ ਦਿਲ ਫੁੱਲ ਭੇਟਾ ਪ੍ਰਵਾਨ ਕਰਨੀਆਂ, ਸਰਬਾਧੇ ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਰਾਗੀ ਸਿੰਘਾਂ ਨੇ ਕੀਰਤਨ ਗਾਇਨ ਕੀਤਾ ਹੈ। ਦਤਾਰ ਪਿਤਾ ਜੀਓ ਆਕਥ ਕਥਾ ਦੇ ਵਿਚਾਰ ਹੋਈਆਂ, ਉਸ 'ਤੇ ਪਾਤਸ਼ਾਹ ਜੀ ਆਪ ਜੀ ਦੇ ਸੇਵਕਾਂ ਦੇ ਸਿਰ 'ਤੇ ਮਿਹਰਾਂ ਭਰੇ ਹਤਕਣੇ, ਰਾਗੀ ਸਿੰਘਾਂ ਨੂੰ ਕੀਰਤਨ ਕਰਨ ਦੇ ਬਲ ਬਖਸ਼ਣੇ, ਅਤੇ ਆਪ ਜੀ ਦੇ ਉਸਤੇ ਪਾਤਸ਼ਾਹ ਜੀ ਉਹ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸਰਬਾਧੇ ਕਾਰਜ ਰਾਸ ਕਰਨੇ, ਆਸਵਤ ਆਪ ਜੀ ਦੇ ਹੁਕਮਨਾਵੇਂ ਬਖਸ਼ਿਸ਼ ਕਰੋ, ਹੁਕਮਨਾਵੇਂ ਬਖਸ਼ ਕੇ ਸਾਰ ਸੰਗਤਾਂ ਨੂੰ ਕਰਤਾਰਥ ਕਰੋ, ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ ਹੋਰ ਸ਼ਬਦ ਮੇਲੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋਏ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਬੋਲੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਵਾਮੀ, ਮੈਂ ਤੁਦੇ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝੇ ਪਾਸ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ, ਜਿਸ ਪਾਪੀ ਕੌ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਏ। ਸਤਨਾਮ ਵਾਹਿਗੁਰੂ, ਸੁਰਠ ਮਹਲਾ ਪੰਜਵਾਂ ਕਰ ਤੀਜਾ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
रामदास सरोवर नाते सब उतरे पाप कमाते निर्मल होए करे सनन्ना गुरपूरे किन्ने दाना रामदास सरोवर नाते सब उतरे पाप कमाते निर्मल होए करे सनन्ना गुरपूरे किन्ने दाना सब कुशल खेम प्रभ तारे सही सलामत सब थोके उबारे गुर का शब्द विचारे रहा साध संग मल लाती पार ब्रह्म पयो साती नानक नाम ते आया आद पुरख प्रभ पाया साधु संग मल लाती पार ब्रह्म पयो साती नानक नाम ते आया आद पुरख प्रभ पाया वाहे गुरु जी का खालसा वाहे गुरु जी की फतेह। Just